फतेहगढ़ साहिब के बाबा बंदा सिंह बहादुर कॉलेज विच एक बार फिर बिहार मूल के विद्यार्थियों ते हमला होने का हंगामा हो गया, जिस ते तीन विद्यार्थियों नूं सट्टा वज्जिया हन, जिस तों गुस्साए विद्यार्थियों ने देर रात कॉलेज विच नारेबाजी की। पुलिस वल्लों प्रिंसीपल दे बयानां ते आधार ते अणपछाते व्यक्तियों खिलाफ मामला दर्ज कर दोषियों की भाल शुरू कर दी। इस संबंधी कॉलेज के प्रिंसीपल लखबीर सिंह का कहना है कि तीन विद्यार्थियों ते मामूली सट्टा वज्जिया हन, जिन्हां दा इलाज ਕੀਤਾ ਜਾ ਰਿਹਾ ਤੇ ਕਾਲਜ ਵਿੱਚ ਪੇਪਰ ਚੱਲ ਰਹੇ ਹਨ, ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧੀ ਫਤਿਹਗੜ੍ਹ ਸਾਹਿਬ ਦੇ DSP ਸੁਖਵੀਰ ਸਿੰਘ ਦਾ ਕਹਿਣਾ ਸੀ ਕਿ ਕਾਲਜ ਦੇ ਬਾਹਰ ਤਿੰਨ ਵਿਦਿਆਰਥੀਆਂ ਤੇ ਕਾਰ ਸਵਾਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਤੇ ਕਾਲਜ ਦੇ ਪ੍ਰਿੰਸੀਪਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿੱਤਾ ਜਾਏਗਾ। ਪਹਿਲੀ ਵਾਲੀ ਘਟਨਾ ਨਾਲ ਇਸ ਘਟਨਾ ਦਾ ਕੋਈ ਸੰਬੰਧ ਨਹੀਂ ਹੈ ਤੇ ਇਹ ਬੱਚਿਆਂ ਦਾ ਜੋ ਵੀ ਝਗੜਾ ਹੋਇਆ ਜੀ, ਉਹ ਅਸੀਂ ਪੁਲਿਸ ਨੂੰ ਰਾਤ ਹੀ ਕੰਪਲੇਂਟ ਕਰਤੀ ਸੀ ਰਾਈਟਿੰਗ 'ਚ, ਅਤੇ ਪੁਲਿਸ ਪ੍ਰਸ਼ਾਸਨ ਆ ਕੇ ਉਹਦੀ ਇਨਵੈਸਟੀਗੇਟ ਕਰ ਰਿਹਾ ਅਤੇ ਜੋ ਵੀ ਇੱਥੇ ਕੈਮਰੇ 'ਚ ਵੀਡੀਓ ਗ੍ਰੈਬ ਆਈ ਉਹ ਪੁਲਿਸ ਨੂੰ ਪ੍ਰੋਵਾਈਡ ਕਰਤੀ ਅਤੇ ਉਹ ਕਰ ਰਹੇ ਨੇ। ਅੱਜ ਵੀ DSP ਸਾਹਿਬ ਆਏ ਸੀ ਸਵੇਰੇ ਅਤੇ ਉਹ ਇਨਵੈਸਟੀਗੇਟ ਕਰ ਰਹੇ ਨੇ, ਉਹ ਕਹਿੰਦੇ ਜਲਦੀ ਤੋਂ ਜਲਦੀ, ਅਤੇ ਅੱਜ ਮੋਸਟ ਪ੍ਰੋਬਲੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਨਵੈਸਟੀਗੇਟ ਕਰਕੇ ਉਹਨੂੰ ਕੰਪਲੀਟ ਕਰ ਦਾਂਗੇ। ਠੀਕ ਹੈ ਜੀ। ਅਤੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਮਾਈਨਰ ਜੀ ਇੰਜਰੀ ਸੀ ਅਤੇ ਉਹ ਸਾਡੇ ਪ੍ਰੋਫੈਸਰ ਸਾਹਿਬ ਨਾਲ ਲਿਜਾ ਕੇ ਉਹਨਾਂ ਦੀ ਮੱਲਮ ਪੱਟੀ ਕਰਵਾ ਲਿਆਏ ਸੀ। ਉਹ ਬੱਚੇ ਠੀਕ ਨੇ ਅਤੇ ਅੱਜ ਸਾਡੇ ਇਗਜ਼ਾਮ ਚੱਲ ਰਿਹਾ, ਜਿਹਦੇ ਵਿੱਚ ਬੱਚੇ ਤਕਰੀਬਨ ਰੂਟੀਨ ਦੀ ਤਰ੍ਹਾਂ ਸਾਰੇ ਅਪੀਅਰ ਹੋਏ ਨੇ, ਪਹਿਲਾਂ ਨਾਲੋਂ ਵੀ ਜ਼ਿਆਦਾ ਅਪੀਅਰ ਹੋਏ ਨੇ। ਦੇਖੋ, ਜਦੋਂ ਕੋਈ ਵੀ ਇਗਜ਼ਾਮ ਹੁੰਦਾ ਕੁਝ ਬੱਚੇ ਐਬਸੈਂਟ ਹੁੰਦੇ ਆ, ਜਿਵੇਂ ਅਸੀਂ ਦੇਖਿਆ ਪੁਰਾਣੇ ਐਬਸੈਂਟ ਹੁੰਦੇ ਸੀ, ਉਸ ਤੋਂ ਵੀ ਅੱਜ ਜ਼ਿਆਦਾ ਅਪੀਅਰ ਹੋਏ ਨੇ। ਸਰ, 3 ਬੱਚੇ ਸੀ ਜੀ, ਉਹਨਾਂ ਦੇ ਮਾਈਨਰ ਇੰਜਰੀ ਆ। ਠੀਕ ਆ ਜੀ। ਅਤੇ ਬਾਕੀ ਇਹ ਆ ਵੀ ਬੱਚੇ ਜਿੱਦਾਂ ਹੁਣ ਵੀ ਅਸੀਂ ਗੱਲਬਾਤ ਕਰਕੇ ਆਏ ਹਾਂ, ਬੱਚਿਆਂ ਨੂੰ ਥੋੜ੍ਹਾ ਮੋਟਾ ਸਟੇਸ਼ਨਰੀ ਜਾਂ ਹੋਰ ਆ ਉਹ ਸਾਡੇ ਅੰਦਰ ਸ਼ੋਪ ਤੋਂ ਉਹਨਾਂ ਨੂੰ ਕਿਹਾ ਵੀ ਉੱਥੋਂ ਪਰਚੇਜ਼ ਕਰ ਲਓ। ਠੀਕ ਠਾਕ ਨੇ ਬੱਚੇ, ਆਰਾਮ ਨਾਲ ਹੁਣ ਪੇਪਰ ਦੀ ਤਿਆਰੀ ਕਰ ਰਹੇ ਨੇ। ਹੁਣ ਵੀ ਮੈਨੂੰ ਮਿਲੇ ਸੀ ਬੱਚੇ, ਇੱਥੋਂ ਮੈਂ ਆ ਰਿਹਾ, ਕਹਿੰਦੇ ਜੀ ਪੇਪਰ ਵਧੀਆ ਹੋ ਗਿਆ ਅਤੇ ਅਗਲੀ ਅਸੀਂ ਤਿਆਰੀ ਸ਼ੁਰੂ ਕਰਤੀ। ਕੰਟਰਡਿਕਸ਼ਨ ਹੋਈ ਕਿਉਂ ਹੈ, ਕੀ ਵਜ੍ਹਾ? ਸਰ, ਉਹ ਹੁਣ ਇਨਵੈਸਟੀਗੇਟ ਕਰ ਰਹੇ ਆ। ਗੱਲਬਾਤ ਕੋਈ ਹੋਈ ਹੋਵੇ ਬੱਚੇ? ਸਰ, ਉਹ ਇਨਵੈਸਟੀਗੇਟ ਕਰ ਰਹੇ ਨੇ ਪੁਲਿਸ ਵਾਲੇ, ਉਹ ਫਿਰ ਸਾਨੂੰ ਡਿਟੇਲ ਦੇ ਦੇਣਗੇ। ਪਹਿਲਾਂ ਜਿਹੜੀ ਵਾਰ ਦਾ ਤੁਸੀਂ ਪਹਿਲਾਂ ਜਿਹੜੇ ਇਹਨਾਂ ਦੀ ਆਪਸ ਝੜ ਹੋਈ ਸੀ ਉਹਦਾ ਕੋਈ ਸੋਲੂਸ਼ਨ ਨਿਕਲਿਆ ਹਜੇ ਤੱਕ? ਸਰ, ਉਹ ਵੀ ਦੇਖੋ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਅਤੇ ਸਾਡੀ ਵੀ ਇਨਕੁਆਇਰੀ ਚੱਲ ਰਹੀ ਆ ਅਤੇ ਉਹਦੇ ਵਿੱਚ ਲੱਭ ਕੇ ਅਸੀਂ ਜੋ ਵੀ ਗਲਤੀ ਹੋਣਗੇ ਉਹਨਾਂ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਰਾਤੀ ਧਰਨਾ ਕੋਈ ਨਹੀਂ ਲਾਇਆ ਸੀ ਜੀ, ਉਹਨਾਂ ਨੇ ਜਸਟ ਸਾਡੇ ਨਾਲ ਮੀਟਿੰਗ ਕੀਤੀ ਹੈ ਜੀ। ਉਹਨਾਂ ਨੇ ਮੀਟਿੰਗ 'ਚ ਬੱਚਿਆਂ ਨੇ ਮੀਟਿੰਗ ਕੀਤੀ ਸੀ ਸਾਡੇ ਨਾਲ, ਮੀਟਿੰਗ ਦੇ ਵਿੱਚ ਸਾਰਾ ਕੁਝ ਠੀਕ ਠਾਕ ਆ ਜੀ। ਕੀ ਮੈਟਰ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟ ਨੂੰ ਕੁੱਟਮਾਰ ਰਹੀ ਹੈ? ਮਿਤੀ 13/1/2023 ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ ਇੱਕ ਪੱਤਰ ਮੁੱਖ ਅਫਸਰ ਥਾਣਾ ਫਤਿਹਗੜ੍ਹ ਸਾਹਿਬ ਦੇ ਨਾਮ 'ਤੇ ਪ੍ਰਾਪਤ ਹੋਇਆ ਕਿ ਵਕਤ ਕਰੀਬ 7:10 ਦੇ ਸ਼ਾਮ ਦੇ ਕਾਲਜ ਦੇ ਮੇਨ ਗੇਟ ਦੇ ਬਾਹਰ ਕੁਝ ਵਿਦਿਆਰਥੀ ਆਪਣਾ ਕੋਈ ਸਮਾਨ ਵਗੈਰਾ ਲੈਣ ਬਾਜ਼ਾਰ ਗਏ ਸੀ ਤਾਂ ਕੁਛ ਅਣਪਛਾਤੇ ਵਿਅਕਤੀਆਂ ਨੇ ਰਵੀ ਸ਼ੰਕਰ ਕੁਮਾਰ, ਆਨੰਦ ਕੁਮਾਰ ਅਤੇ ਰੋਹਿਤ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਜੋ ਇਹ ਵਿਅਕਤੀ ਸੀ ਇਹਨਾਂ ਨੇ ਜਾਂਦੇ ਸਮੇਂ ਰਵੀ ਕੁਮਾਰ ਦਾ ਜੋ ਥੱਲੇ ਫੋਨ ਡਿੱਗ ਗਿਆ ਸੀ ਉਹ ਵੀ ਚੱਕ ਕੇ ਆਪਣੇ ਨਾਲ ਲੈ ਗਏ। ਸੂਚਨਾ ਪ੍ਰਾਪਤ ਹੋਣ 'ਤੇ ਤੁਰੰਤ SHO ਸਾਹਿਬ, ਮੈਂ ਮੌਕੇ ਪਰ ਪਹੁੰਚੇ ਭਾਰੀ ਫੋਰਸ ਬਲ ਲੈ ਕੇ ਅਤੇ ਮੁਕੱਦਮਾ ਨੰਬਰ 5/14/1/23 ਅੰਡਰ ਸੈਕਸ਼ਨ 379 341 323 34 IPC ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਜਿਨ੍ਹਾਂ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਸਖਤੀ ਨਾਲ ਡੀਲ ਕੀਤਾ ਜਾਵੇਗਾ ਅਤੇ ਇਸ ਨੂੰ ਜਲਦੀ ਹੀ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਵੇ। DSP ਸਾਹਿਬ, ਜਿਹੜੇ ਬੱਚਿਆਂ ਨੂੰ ਹੁਣ ਕੁੱਟਮਾਰ ਹੋਈ ਹੈ, ਕਿ ਪਹਿਲਾਂ ਵੀ ਇਹਨਾਂ ਨਾਲ ਹੀ ਰੌਲਾ ਪਿਆ ਸੀ? ਨਹੀਂ, ਇਹਨਾਂ ਨਾਲ ਨਹੀਂ ਸੀ, ਉਹ ਬੱਚੇ ਹੋਰ ਸੀ। ਇਹ ਤਾਂ ਬੱਚੇ ਵੈਸੇ ਗਏ ਸੀ ਕਿਉਂਕਿ ਇਹ ਕਾਲਜ ਦੇ ਬਾਹਰ ਲੜਾਈ ਝਗੜਾ ਹੋਇਆ ਅਤੇ ਅਣਪਛਾਤੇ ਵਿਅਕਤੀ ਨੇ, ਪਰ ਬਾਕੀ ਇਹੀ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕੱਦਮੇ ਨੂੰ ਅਤੇ ਦੋਸ਼ੀਆਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਲਈ। ਕੌਣ ਸੀਗੇ ਜਿਹੜੇ ਬੰਦੇ ਦਾ ਪਤਾ ਲੱਗਿਆ? ਇਹ ਅਣਪਛਾਤੇ ਵਿਅਕਤੀ ਸੀ, ਹੈਗੇ ਮੁੰਡੇ ਸੀ ਵਿਅਕਤੀ ਜੋ ਮਤਲਬ ਕਿ ਪਤਾ ਲੱਗਿਆ ਅਤੇ ਗੱਡੀ ਦੇ ਵਿੱਚ ਇਹ ਪਤਾ ਲੱਗਿਆ ਵੀ ਗੱਡੀ 'ਚ ਆਇਆ, ਪਰ ਅਸੀਂ ਸਾਰਾ ਫੁਟੇਜ ਵਗੈਰਾ ਦੇਖ ਰਹੇ ਹਾਂ ਅਤੇ ਜਲਦੀ ਹੀ ਗ੍ਰਿਫਤਾਰ ਕਰਕੇ ਜਲਦੀ ਹੀ ਮਤਲਬ ਕਿ ਇਸ ਨੂੰ ਟਰੇਸ ਕਰ ਲਿਆ ਜਾਏਗਾ। ਠੀਕ ਹੈ ਸਰ।